ਸ਼ਹੀਦੋਂ ਕੀ ਚਿਤਾਓਂ ਪਰ ਲੱਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਂ ਹੋਗਾ। ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਨਾ ਅੱਜ ਬਹੁਤ ਜ਼ਰੂਰੀ ਬਣਦਾ, ਕਿਉਂਕਿ 23 ਮਾਰਚ ਅੱਜ ਦੇ ਦਿਨ ਇਹ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ। ਅਤੇ ਅਸੀਂ ਅੱਜ ਸਮੁੱਚੀ ਟੀਮ ਪਹੁੰਚੀ ਹੈ ਸ਼ਹੀਦ ਭਗਤ ਸਿੰਘ ਦੇ ਉਸ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ। ਇਹ ਉਹ ਸਥਾਨ, ਮੈਂ ਬੇਨਤੀ ਕਰਾਂਗਾ ਕੈਮਰਾਮੈਨ ਨੂੰ ਕਿ ਇਸ ਸਟੈਚੂ ਦੇ ਵੱਲ ਕੈਮਰਾ ਲੈ ਕੇ ਜਾਵੇ, ਦਿਖਾਏਗਾ। ਇਸ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ 23 ਮਾਰਚ ਨੂੰ ਇਸ ਸਥਾਨ 'ਤੇ ਪੂਰੇ ਇਲਾਕੇ ਭਰ ਤੋਂ, ਪੰਜਾਬ ਭਰ ਤੋਂ ਲੋਕ ਆਉਂਦੇ ਨੇ। ਬਹੁਤ ਵੱਡਾ ਮੇਲਾ ਲੱਗਦਾ ਅਤੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ। ਵੱਡੀਆਂ ਵੱਡੀਆਂ ਸਟੇਜਾਂ ਲੱਗਦੀਆਂ, ਰਾਜਨੀਤਿਕ, ਸਮਾਜਿਕ ਅਤੇ ਕ੍ਰਾਂਤੀਕਾਰੀ ਸਟੇਜਾਂ ਇੱਥੇ ਲੱਗਦੀਆਂ ਨੇ, ਨਾਟਕ ਕੀਤੇ ਜਾਂਦੇ ਨੇ, ਵੱਡੀਆਂ ਸਪੀਚਾਂ ਕੀਤੀਆਂ ਜਾਂਦੀਆਂ ਨੇ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਨੂੰ ਯਾਦ ਕਰਦਿਆਂ ਬਹੁਤ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਸਿਰਾਂ ਦੇ ਉੱਤੇ ਕੇਸਰੀ ਪੱਗਾਂ ਬੰਨ੍ਹ ਕੇ ਕਸਮਾਂ ਖਾਂਦੇ ਨੇ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ। ਉਹਨਾਂ ਦੇ ਵਿਚਾਰਾਂ ਵਾਲਾ ਜਿਹੜਾ ਸੁਪਨਿਆਂ ਵਾਲਾ ਜਿਹੜਾ ਦੇਸ਼ ਹੈ ਉਹ ਭਾਰਤ ਨੂੰ ਸਿਰਜਣਾ ਹੈਗਾ। ਪਰ ਅੱਜ ਕਰੋਨਾ ਵਾਇਰਸ ਦੀ ਮਾਰ ਹੇਠ ਅੱਜ ਦਾ ਇਹ ਸਮਾਗਮ ਵੀ ਆਇਆ ਅਤੇ 23 ਮਾਰਚ ਨੂੰ ਇਸ ਸਮਾਗਮ ਦੀ ਜਗ੍ਹਾ 'ਤੇ ਅੱਜ ਦੇਖ ਰਹੇ ਹੋ ਕਿ ਤੁਸੀਂ ਇਹ ਪੂਰਾ ਇਲਾਕਾ ਜਿਹੜਾ ਹੈ ਖਟਕੜ ਕਲਾਂ ਦਾ ਸੁੰਨਮਸਾਨ ਪਿਆ। ਕੋਈ ਕੋਈ ਵਿਰਲੇ ਵਿਰਲੇ ਹੀ ਪ੍ਰਬੰਧਕ ਹੈ ਜਾਂ ਕੋਈ ਕੋਈ ਹੀ ਸ਼ਹੀਦ ਭਗਤ ਸਿੰਘ ਨੂੰ ਨਮਨ ਕਰਕੇ ਗਿਆ ਹੋਏਗਾ। ਪਰ ਅੱਜ ਮੇਰੇ ਨਾਲ ਨੇ ਨਿਸ਼ਾ ਜੀ ਅਤੇ ਮੇਰੇ ਨਾਲ ਦੇਵ ਬਿਰਕ, ਪਰਮਿੰਦਰ ਮੰਡਾਲੀ, ਅਸੀਂ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ। ਨਿਸ਼ਾ ਜੀ, ਅੱਜ ਦੇਖੋ ਕਿੰਨਾ ਇੱਥੇ ਮੇਲਾ ਲੱਗਦਾ ਹੈ ਹਰ ਸਾਲ 23 ਮਾਰਚ ਨੂੰ, ਅਤੇ ਅੱਜ ਇੱਥੇ ਸੁੰਨਮਸਾਨ ਹੈ ਕਰੋਨਾ ਦੀ, ਉਹ ਕੁਦਰਤੀ ਜਿਹੜੀ ਕਰੋਪੀ ਹੈਗੀ ਆ ਉਹਦੇ ਕਰਕੇ ਇਹ ਅੱਜ ਸੁੰਨਮਸਾਨ ਹੈ। ਅਤੇ ਤੁਸੀਂ ਅੱਜ ਕੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨਾ ਚਾਹੁੰਦੇ ਹੋ, ਔਰ ਕੀ ਪ੍ਰਣਾਮ, ਕੀ ਲਾਲ ਸਲਾਮ ਕਰਨਾ ਚਾਹੁੰਦੇ ਹੋ ਅੱਜ ਸ਼ਹੀਦ ਭਗਤ ਸਿੰਘ ਨੂੰ? ਅੱਜ ਅਸੀਂ 23 ਮਾਰਚ ਭਗਤ ਸਿੰਘ ਦੇ ਪਿੰਡ ਆਏ ਹਾਂ ਖੜਕਾ ਕਲਾਂ ਪੂਰੀ ਟੀਮ। ਅਤੇ ਅੱਜ ਪਰ ਇਸ ਗੱਲ ਦੀ ਨਿਰਾਸ਼ਾ ਵੀ ਹੋ ਰਹੀ ਹੈ, ਅਤੇ ਕਿਉਂਕਿ ਇਸ ਗੱਲ ਵਿੱਚ ਵੀ ਮਤਲਬ ਖੜਕਲ ਕਲਾਂ ਪੂਰਾ ਭਰਿਆ ਹੁੰਦਾ ਸੀ। ਥਾਂ ਥਾਂ 'ਤੇ ਆਪਾਂ ਦੇਖਦੇ ਨੌਜਵਾਨ ਪੀੜ੍ਹੀਆਂ ਪੱਗਾਂ ਬੰਨ ਕੇ ਇਹ ਖੜਕਾ ਕਲਾਂ ਪਹੁੰਚਦੇ ਸੀ, ਪਰ ਅੱਜ ਕਰੋਨਾ ਵਾਇਰਸ ਦੀ ਕਰਕੇ ਵੀ ਨਹੀਂ ਪਹੁੰਚ ਸਕੇ। ਪਰ ਫਿਰ ਵੀ ਅਸੀਂ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਹਾਂ। ਇਸ ਵਿੱਚ ਮੈਨੂੰ 2 ਲਾਈਨਾਂ ਯਾਦ ਆ ਰਹੀਆਂ ਨੇ ਭਗਤ ਸਿੰਘ ਬਾਰੇ, ਵੀ ਤੂੰ ਇੱਕ ਨਹੀਂ ਹਜ਼ਾਰ ਹੈ, ਉਹ ਸੂਰਜ ਤੂੰ ਅੰਧਕਾਰ ਹੈ, ਹਾਲੇ ਬੈਠੇ ਨੇ ਚਮਤਕਾਰ ਦੇ ਇੰਤਜ਼ਾਰ ਵਿੱਚ, ਇਸੇ ਲਈ ਫਸੇ ਹਨ ਤੇਰੀ ਰਾਤ ਦੇ ਅੰਧਕਾਰ ਵਿੱਚ, ਜਦੋਂ ਇਹ ਸੂਰਜ ਦੀ ਕਿਰਨ ਇਸ ਧਰਤੀ ਨੂੰ ਚੁੰਮੇਗੀ, ਫਿਰ ਹਰ ਮੱਥੇ ਅੰਦਰ ਬਸ ਉਸੇ ਦੀ ਰੂਹ ਘੁੰਮੇਗੀ, ਫਿਰ ਇਹ ਟੋਪੀਆਂ ਦਾ ਨਹੀਂ ਸਿਰਾਂ ਦਾ ਮੁੱਲ ਪਾਉਣਗੇ, ਭਗਤ ਦੇ ਵਾਰਿਸ ਖੁਦ ਭਗਤ ਹੋ ਜਾਣਗੇ, ਸਵੇਰ ਤਾਂ ਹੋ ਕੇ ਰਹੇਗੀ, ਭਗਤ ਦੇ ਵਾਰਿਸ ਖੁਦ ਭਗਤ ਹੋ ਜਾਣਗੇ। ਮੈਂ ਅੱਜ ਭਗਤ ਸਿੰਘ ਦੇ ਦਿਨ 'ਤੇ 23 ਮਾਰਚ 'ਤੇ ਵੀ ਇਹੀ ਬੋਲਣਾ ਚਾਹੁੰਦੀ ਹਾਂ ਵੀ ਅੱਜ ਦੀ ਨੌਜਵਾਨ ਪੀੜ੍ਹੀ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਤੁਰੇ, ਅਤੇ ਇਨਕਲਾਬ ਜ਼ਿੰਦਾਬਾਦ। ਕਿਆ ਬਾਤ ਹੈ ਜੀ, ਇਨਕਲਾਬ ਜ਼ਿੰਦਾਬਾਦ। ਮੇਰੇ ਨਾਲ ਨੇ ਦੇਵ ਬਿਰਕ ਜੀ, ਸਾਡੀ ਸਮੁੱਚੀ ਟੀਮ ਦੇ ਵਿੱਚ ਪਹੁੰਚੇ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਅੰਦਰ। ਅੱਜ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਯਾਦ ਕਰਦਿਆਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਸ਼ਹੀਦ ਭਗਤ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਲੈਂਦੀ ਹੈ, ਜਦਕਿ ਸ਼ਹੀਦ ਭਗਤ ਸਿੰਘ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਦੇਖਦੇ ਸੀਗੇ, ਕੀ ਚਾਹੁੰਦੇ ਸੀ, ਕਿੱਦਾਂ ਦਾ ਸਮਾਜ, ਕਿੱਦਾਂ ਦਾ ਸੰਸਾਰ ਚਾਹੁੰਦੇ ਸੀਗੇ? ਉਹ ਦਿਲਾਂ 'ਚ ਵੱਸਦੇ ਰਹਿਣਗੇ ਜੋ ਹੱਸ ਕੇ ਫਾਂਸੀ ਚੜਨਗੇ, ਰਹਿੰਦੀ ਦੁਨੀਆ ਤੱਕ ਭਗਤ ਸਿਆਂ ਤੈਨੂੰ ਸਲਾਮਾ ਕਰਨਗੇ। ਭਗਤ ਸਿੰਘ ਹੁਣਾਂ ਨੇ ਇਸ ਆਜ਼ਾਦੀ ਵਾਸਤੇ ਜੋ ਘਾਲਣਾ ਕਰ ਲਈ ਹੈ ਉਹ
ਬਹੁਤ ਜ਼ਿਆਦਾ ਅਹਿਮ ਹੈ। ਮੈਂ ਚਾਹੁੰਦਾ ਨੌਜਵਾਨ ਪੀੜ੍ਹੀ ਨੂੰ ਵੀ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲ ਕੇ ਆਪਣੇ ਦੇਸ਼ ਲਈ, ਆਪਣੇ ਵਤਨ ਦੇ ਲਈ, ਆਪਣੇ ਸਮਾਜ ਦੇ ਲਈ ਇੱਥੋਂ ਤੱਕ ਜੀ ਜਾਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਭਗਤ ਸਿੰਘ ਹੁਣਾਂ ਨੇ ਕੀਤਾ। ਤਾਂ ਹੀ ਦੇਸ਼ ਦੇ ਅੰਦਰ ਕ੍ਰਾਂਤੀ, ਜਾਗਰਤੀ ਅਤੇ ਖੁਸ਼ਹਾਲੀ ਆਵੇਗੀ। ਬਿਲਕੁਲ ਜੀ, ਸ਼ਹੀਦ ਭਗਤ ਸਿੰਘ ਦੇ ਅੱਜ ਸ਼ਹੀਦੀ ਦਿਨ 'ਤੇ ਸਾਨੂੰ ਸਾਰਿਆਂ ਨੂੰ ਰਲ ਕੇ ਕਸਮਾਂ ਖਾਣੀਆਂ ਚਾਹੀਦੀਆਂ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਸਮਾਜ ਸਿਰਜਣਾ, ਉਸ ਤਰੀਕੇ ਦਾ ਰਾਜ ਲੈ ਕੇ ਆਉਣਾ, ਉੱਦਾਂ ਦਾ ਸੰਸਾਰ ਸਿਰਜਣਾ। ਮੇਰੇ ਨਾਲ ਪਰਮਿੰਦਰ ਮੰਡਾਲੀ ਵੀ ਨੇ, ਜਿਹੜੇ ਥੀਏਟਰ ਵੀ ਕਰਦੇ ਨੇ ਔਰ ਮੀਡੀਆ ਲਾਈਨ ਦੇ ਵਿੱਚ ਵੀ ਬਹੁਤ ਅੱਛਾ ਰੋਲ ਨਿਭਾ ਰਹੇ ਨੇ ਸਮਾਜ ਨੂੰ ਜਾਗਰ ਕਰਨ ਦੇ ਲਈ। ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਨੂੰ ਤੁਸੀਂ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਪਹੁੰਚੇ ਹੋ, ਸ਼ਹੀਦ ਭਗਤ ਸਿੰਘ ਦੇ ਸਟੈਚੂ ਨੂੰ ਦੇਖ ਕੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਅੱਜ ਤੁਸੀਂ ਨਮਨ ਵੀ ਕੀਤਾ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੀ ਕਸਮ ਖਾ ਕੇ ਇੱਥੋਂ ਜਾ ਰਹੇ ਹੋ, ਆਪਣੇ ਮੀਡੀਆ ਰਾਹੀਂ, ਥੀਏਟਰ ਦੇ ਰਾਹੀਂ ਨੌਜਵਾਨ ਪੀੜ੍ਹੀ ਨੂੰ, ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ? ਮੈਂ ਇੱਥੇ ਆਇਆ ਅਤੇ ਮੈਨੂੰ ਜੋ ਮੈਂ ਅੱਜ ਕਸਮ ਖਾਧੀ, ਜੋ ਮੈਨੂੰ ਲੱਗਾ ਵੀ ਕਿ ਅਸੀਂ ਨੌਜਵਾਨ ਪੀੜ੍ਹੀ ਜਾਂ ਜੋ ਵੀ, ਸਾਨੂੰ ਲੱਗਾ ਕਿ ਅਸੀਂ ਉਹਨਾਂ ਦੇ ਸੰਦੇਸ਼ ਨੂੰ ਕਿਤੇ ਪਹੁੰਚਾ ਨਹੀਂ ਸਕੇ। ਮੈਂ ਅੱਜ ਇਹ ਕਸਮ ਖਾਧੀ ਆ ਕਿ ਕੋਸ਼ਿਸ਼ ਕਰਾਂਗੇ ਵੀ ਜਿੱਥੇ ਤੱਕ ਸਾਡੀ ਬਾਂਹ ਚੱਲਦੀ ਆ, ਅਸੀਂ ਉਸ ਸੁਨੇਹੇ ਨੂੰ, ਭਗਤ ਸਿੰਘ ਉਹਨਾਂ ਦੇ ਸੁਨੇਹੇ ਨੂੰ ਘਰ ਘਰ ਤੱਕ, ਨੌਜਵਾਨਾਂ ਤੱਕ ਪਹੁੰਚਾ ਕੇ ਛੱਡਾਂਗੇ। ਜਿਵੇਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਜਿਹੜੀ ਆ ਉਹ ਹਰ ਇੱਕ ਦੇ ਮੋਟਰਸਾਈਕਲ 'ਤੇ ਵੀ ਆ, ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ਿਆਂ ਦੇ ਉੱਤੇ ਵੀ ਲੱਗੀ ਹੈਗੀ ਆ, ਅਤੇ ਬਹੁਤ ਸਾਰੇ ਨੌਜਵਾਨ ਸਿਰ 'ਤੇ ਪੱਗ ਜ਼ਰੂਰ ਸ਼ਹੀਦ ਭਗਤ ਸਿੰਘ ਵਾਲੀ ਬੰਨ੍ਹਦੇ ਨੇ, ਲੜ ਛੱਡ ਮੀ ਕੇਸਰੇ ਰੰਗ ਕੇਸਰੀ ਕਲਰ ਦੀ, ਅਤੇ ਪਰ ਉਹ ਭਗਤ ਸਿੰਘ ਦੇ ਜਿਹੜੇ ਵਿਚਾਰ ਸੀ ਉਹ ਨਹੀਂ ਅਪਣਾਉਂਦੇ ਨੌਜਵਾਨ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੇਰੇ ਖਿਆਲ ਦੇ ਵਿੱਚ ਕਿ ਸਿਰ 'ਤੇ ਸਿਰਫ ਪੱਗ ਬੰਨ੍ਹਣ ਨਾਲ ਜਾਂ ਗੱਡੀਆਂ 'ਤੇ ਫੋਟੋਆਂ ਲਾਉਣ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਬਿਲਕੁਲ ਨਹੀਂ ਆ ਸਕਦੀ। ਉਹਨਾਂ ਦੇ ਲਈ ਸਾਨੂੰ ਬਹੁਤ ਹੀ ਜ਼ਰੂਰੀ ਆ ਕਿ ਲਿਟਰੇਚਰ ਪੜ੍ਹਨਾ ਪਊਗਾ, ਸੰਘਰਸ਼ੀ ਜੀਵਨ ਜੋ ਉਹਨਾਂ ਦਾ ਹੋਇਆ ਉਹਦੇ ਉੱਤੇ ਸਾਨੂੰ ਦੇਖਣਾ ਪਊਗਾ, ਗੌਰ ਕਰਨੀ ਪਊਗੀ, ਤਾਂ ਅਸੀਂ ਜਾ ਕੇ ਉਹਨਾਂ ਦੀ ਵਿਚਾਰਧਾਰਾ ਨੂੰ ਲਾਗੂ ਕਰ ਸਕਾਂਗੇ ਜੋ ਉਹਨਾਂ ਦੀ ਵਿਚਾਰਧਾਰਾ ਸੀ। ਅਤੇ ਬਾਈ ਦਾ ਵੇ ਨਹੀਂ, ਮੇਰੇ ਖਿਆਲ 'ਚ ਵੀ ਜੇ ਅਸੀਂ ਸਿਰਫ ਫੋਟੋਆਂ ਤੱਕ ਜਾਂ ਪੱਗਾਂ ਬੰਨਣ ਤੱਕ ਰਹਿ ਜਾਈਏ ਤਾਂ ਨਹੀਂ ਕਰ ਸਕਾਂਗੇ। ਭਗਤ ਸਿੰਘ ਵੀ ਉਸ ਵੇਲੇ ਰਾਜਨੀਤੀ 'ਚ ਜਾ ਸਕਦੇ ਸੀ, ਪਰ ਅੱਜ ਦੀ ਨੌਜਵਾਨ ਪੀੜ੍ਹੀ ਜੀ ਰਾਜਨੀਤਿਕ ਲੋਕਾਂ ਦੀ ਝੋਲੀ ਝੁੱਕ ਬਣੀ ਹੈਗੀ ਆ, ਇਹਦੇ ਲਈ ਕੀ ਕਹਿਣਾ ਚਾਹੋਗੇ? ਅਸਲ ਦੇਸ਼ ਭਗਤਾਂ ਦਾ ਸੁਪਨਾ ਕਿਵੇਂ ਪੂਰਾ ਹੋਏਗਾ? ਅੱਜ ਦੀ ਨੌਜਵਾਨ ਪੀੜ੍ਹੀ ਮੇਰੇ ਖਿਆਲ 'ਚ ਤਾਂ ਜਾ ਤਾਂ ਸਕਦੀ ਆ, ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਫੋਨ ਤੋਂ ਵਿਹਲ ਮਿਲੇ ਤਾਂ ਹੀ ਉਹ ਕਿਤੇ ਜਾਵੇ। ਉਹ ਤਾਂ ਅੱਜ ਵੀ ਇੰਨਾ ਹੀ ਬਿਜ਼ੀ ਆ, ਬਸ ਮੋਬਾਈਲ 'ਤੇ ਅਸੀਂ ਗੇਮਾਂ ਖੇਡਣੀਆਂ, ਟਿਕਟੋਕ ਦੇਖਣਾ, ਵਟਸਐਪ ਚਲਾਉਣੇ, ਉਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਦੇਸ਼ ਦੇ ਅੰਦਰ ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਸਿਆਸਤ ਵਿੱਚ ਵਾਕਈ ਲੀਡਰ ਕੀ ਕਰਦੇ ਆ, ਕੀ ਕਰਨਾ ਚਾਹੀਦਾ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਜਿਵੇਂ ਸ਼ਹੀਦ ਭਗਤ ਸਿੰਘ ਇੱਕ ਨਾਸਤਿਕ ਸੀਗੇ, ਉਹ ਸਾਰੇ ਧਰਮਾਂ ਦਾ ਸਤਿਕਾਰ ਤਾਂ ਕਰਦੇ ਸੀ, ਪਰ ਉਹ ਕਹਿੰਦੇ ਸੀਗੇ ਕਿ ਧਰਮ ਤਰੱਕੀ ਦੇ ਰਾਹ ਵਿੱਚ ਰੋੜਾ। ਅੱਜ ਵੀ ਦੇਸ਼ ਦੇ ਹਾਲਾਤ ਧਰਮਾਂ ਤੋਂ ਬਾਅਦ ਜਿਹੜੇ ਅਖੌਤੀ ਧਰਮ, ਅਖੌਤੀ ਡੇਰੇ, ਅਖੌਤੀ ਪਖੰਡਵਾਦ ਦੇ ਵਿੱਚ ਲੋਕ ਧਰਮਾਂ 'ਚ ਉਹਨਾਂ ਪਖੰਡਾਂ 'ਚ ਫਸਦੇ ਜਾ ਰਹੇ ਨੇ, ਤਾਂ ਅੱਗੇ ਤਬੀਤ ਉਹ ਵਹਿਮਾਂ ਭਰਮਾਂ 'ਚ ਫਸਦੇ ਜਾ ਰਹੇ। ਕੀ ਸ਼ਹੀਦ ਭਗਤ ਸਿੰਘ ਦਾ ਵੀ ਇਹੀ ਰਾਹ ਸੀਗਾ ਜਾਂ ਉਹ ਕੀ ਇਸ ਰਾਹ ਤੋਂ ਕਿਵੇਂ ਮੋੜਦੇ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਮੇਰੇ ਖਿਆਲ ਦੇ ਵਿੱਚ ਤੁਸੀਂ ਆਪਾਂ ਸਭ ਨੇ ਦੇਖ ਹੀ ਲਿਆ, ਆ ਥੋੜ੍ਹੇ ਦਿਨ ਤੋਂ ਕਰੋਨਾ ਵਾਇਰਸ ਦਾ ਬੜਾ ਪ੍ਰਕੋਪ ਆ, ਜਿਹਦੇ ਚੱਲਦਿਆਂ ਹੋਇਆ ਜਿੰਨੇ ਕੁ ਵੀ ਧਾਰਮਿਕ ਸਥਾਨ ਸੀਗੇ ਜਾਂ ਡੇਰੇਬਾਦ ਜੋ ਵੀ ਧਾਗੇ ਤਬੀਤ, ਲਗਭਗ ਸਾਰੇ ਫੇਲ ਹੋ ਗਏ। ਜੋ ਨਾਸਤਿਕ ਹੋਣਾ ਚਾਹੀਦਾ ਸੀਗਾ, ਮੇਰੇ ਖਿਆਲ 'ਚ ਚਾਈਨਾ ਵਰਗੇ ਮੁਲਕ ਨਾਸਤਿਕ ਵੀ ਆ ਕੁਛ ਨਾ ਕੁਛ, ਉਹਨਾਂ ਨੇ ਫਿਰ ਵੀ ਕਿਤੇ ਨਾ ਕਿਤੇ ਉਸ ਵਾਇਰਸ 'ਤੇ ਕੰਟਰੋਲ ਕਰ ਲਿਆ, ਪਰ ਸਾਡੇ ਵਾਲਿਆਂ ਨੂੰ ਹਾਲੇ ਤੱਕ ਪਤਾ ਹੀ ਨਹੀਂ ਹੈਗਾ। ਇਹਨਾਂ ਨੂੰ ਜਦੋਂ ਤੁਸੀਂ ਗੱਲ ਕਰੋ ਵੀ ਕੋਈ ਆਪਣੇ ਆਪ ਨੂੰ ਤਰਕਵਾਦੀ ਬਣੋ, ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਤਰਕਵਾਦੀ ਨਹੀਂ, ਉਹ ਤਾਂ ਵਹਿਮ ਦੇ ਵਿੱਚ ਇੰਨਾ ਡਰੇ ਪਏ ਆ ਵੀ ਜੇ ਅਸੀਂ ਕਿਸੇ ਨੂੰ ਕੁਛ ਕਹਿ ਦਿੱਤਾ ਤਾਂ ਪਤਾ ਨਹੀਂ ਸਾਡੇ 'ਤੇ ਕਿਹੜੀ ਪ੍ਰਕੋਪੀ ਆ ਜਾਣੀ ਆ, ਡਰੇ ਪਏ ਆ।
ਕਿਆ ਬਾਤ ਹੈ ਜੀ। ਇਹਨੇ ਪਰਮਿੰਦਰ ਮੰਡਾਲੀ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਪ੍ਰਕੋਪ ਹੈ ਅੱਜ ਇਹ ਕਰੋਨਾ ਵਾਇਰਸ ਦਾ, ਅਤੇ ਆਪਣੇ ਆਪਣੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਜਿਨ੍ਹਾਂ ਤੋਂ ਨਾਮ ਦਾਨ ਲੈ, ਜਿਨ੍ਹਾਂ ਤੋਂ ਧਾਗੇ ਦਬੀਤ ਲੈਂਦੇ ਹੋ, ਜਿਨ੍ਹਾਂ ਦੇ ਕੋਲ ਤੁਸੀਂ ਮੱਥੇ ਜਾ ਕੇ ਟੇਕਦੇ ਹੋ, ਚਰਾਗ ਕਰਦੇ ਹੋ, ਪ੍ਰਸ਼ਾਦ ਵੰਡਦੇ, ਦੇਗਾ ਦਿੰਦੇ, ਕੜਾ ਦਿੰਦੇ, ਉਹਨਾਂ ਨੂੰ ਅੱਜ ਔਖੀ ਘੜੀ ਦੇ ਵਿੱਚ ਪਰਖ ਲੈਣਾ ਚਾਹੀਦਾ ਕਿ ਇਹ ਜਿਹੜੀ ਕੁਦਰਤ ਦੀ ਕਰੋਪੀ ਹੈਗੀ ਆ, ਕੀ ਇਹਦੇ ਵਿੱਚ ਇਹ ਤੁਹਾਡੀ ਕੋਈ ਬਾਂਹ ਫੜਦਾ, ਕੋਈ ਸਿਰ 'ਤੇ ਤੁਹਾਡੇ ਹੱਥ ਰੱਖਦਾ, ਜਾਂ ਇਸ ਸਮੱਸਿਆ ਦੇ ਵਿੱਚੋਂ ਬਾਹਰ ਕੱਢਦਾ ਹੈ। ਅੱਜ ਵੀ ਸਾਨੂੰ ਵਿਗਿਆਨ ਨਾਲ ਜੁੜਨਾ ਪਏਗਾ, ਅੱਜ ਵੀ ਸਾਨੂੰ ਕੁਦਰਤ ਦੇ ਨਾਲ ਜੁੜਨਾ ਪਏਗਾ। ਆਓ ਸੱਚਮੁੱਚ ਅਸੀਂ ਕੁਦਰਤ ਨਾਲ ਜੁੜੀਏ। ਜੋ ਸ਼ਹੀਦ ਭਗਤ ਸਿੰਘ ਕਹਿੰਦੇ ਸੀਗੇ, ਉਹ ਕਹਿੰਦੇ ਸੀਗੇ ਕਿ ਇਹ ਧਰਮ ਤਰੱਕੀ ਦੇ ਰਾਹ ਵਿੱਚ ਰੋੜਾ, ਇਹ ਪਖੰਡਵਾਦ ਤੋਂ ਅਸੀਂ ਪਰਾਂ ਹਟ ਕੇ, ਪਰ ਅਸੀਂ ਧਰਮੀ ਵੀ ਨਹੀਂ ਬਣ ਸਕੇ, ਅਸੀਂ ਧਰਮਾਂ ਦੀ ਗੱਲ ਵੀ ਨਹੀਂ, ਅਸੀਂ ਗੁਰੂਆਂ ਦੀ ਵੀ ਗੱਲ ਨਹੀਂ ਮੰਨ ਸਕੇ, ਅਤੇ ਅਸੀਂ ਸ਼ਹੀਦਾਂ ਦੀ ਗੱਲ ਵੀ ਨਹੀਂ ਮੰਨੀ। ਇਸੇ ਕਰਕੇ ਸ਼ਾਇਦ ਕੁਦਰਤ ਜੋ ਹੈ ਉਹ ਬੈਲੈਂਸ ਕਰਦੀ ਹੈ, ਕੁਦਰਤ ਆਪਣਾ ਰੰਗ ਦਿਖਾਉਂਦੀ ਹੈ। ਅਤੇ ਆਓ, ਉਹ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਅੱਜ 23 ਮਾਰਚ, ਉੱਥੇ ਹੀ ਪੂਰੀ ਸੰਸਾਰ ਭਰ ਦੇ ਵਿੱਚ ਕਰੋਨਾ ਦਾ ਕਰੋਪੀ ਹੈ, ਪੂਰਾ ਆਪਣਾ ਰੰਗ ਦਿਖਾ ਰਹੀ ਹੈ ਕੁਦਰਤ। ਅਤੇ ਆਓ ਸੱਚਮੁੱਚ ਸ਼ਹੀਦਾਂ ਅਤੇ ਗੁਰੂਆਂ ਦੀ ਜਿਹੜੀ ਗੱਲ ਹੈ ਉਹਨੂੰ ਸਮਝੀਏ, ਪਰਖੀਏ ਅਤੇ ਉਹਨੂੰ ਮੰਨੀਏ। ਅਤੇ ਆਓ 23 ਮਾਰਚ 'ਤੇ ਕਸਮਾਂ ਖਾਈਏ ਕਿ ਜਿਹੜੇ ਅਸੀਂ ਅੱਜ ਔਖੀ ਘੜੀ ਦੇ ਵਿੱਚ ਪਖੰਡਵਾਦ, ਪਖੰਡੀ, ਉਹ ਸਾਧ ਬਾਬੇ ਡੇਰੇਦਾਰ ਫਲਾਨੇ ਧਮਕੜੇ ਸਾਰੇ ਪਰਖੇ ਨੇ, ਉਹਨਾਂ ਤੋਂ ਦੂਰ ਹੋਈਏ ਅਤੇ ਸੱਚਮੁੱਚ ਸ਼ਹੀਦਾਂ ਦੀ ਸੋਚ ਨੂੰ ਅਪਣਾਈਏ, ਅਤੇ ਸੱਚਮੁੱਚ ਗੁਰੂਆਂ ਦੀ ਸੋਚ ਨੂੰ ਅਪਣਾਈਏ, ਸੱਚਮੁੱਚ ਕੁਦਰਤ ਦੇ ਨਾਲ ਜੁੜੀਏ। ਇਹੀ ਸ਼ਹੀਦ ਭਗਤ ਸਿੰਘ ਦੇ ਵਿਚਾਰ ਅਪਣਾਉਣੇ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਹੁਤ ਬਹੁਤ ਧੰਨਵਾਦ ਲਾਲ।